ਤੁਸੀਂ ਕੀ ਖਾਣੋ ਇਹ ਤਾਂ ਡਾਊਟ ਲੱਗਿਆ ਵੀ ਜਿਵੇਂ ਕੋਈ ਮਿਕਸਿੰਗ ਹੁੰਦੀ ਹੈ ਕਿਸੇ ਚੀਜ਼ ਦੀ ਸਾਨੂੰ ਇਹ ਡਾਊਟ ਲੱਗੇ ਚੈੱਕ ਕਰਕੇ ਦੇਖਿਆ ਚੈੱਕ ਕੀਤਾ ਹਾਂ ਚੈੱਕ ਕੀਤਾ ਦੇਖਾ ਕੇ ਫੇਰ ਪਤਾ ਲੱਗਿਆ ਡਾਊਟ ਕੀ ਹੈ ਤੁਹਾਨੂੰ ਡਾਊਟ ਐ ਲੱਗਿਆ ਜਿਵੇਂ ਵਿੱਚ ਕੁਝ ਮਿਕਸਿੰਗ ਹੁੰਦਾ ਇਹਦੇ ਵਿੱਚ ਆ ਡਾਊਟ ਲੱਗਿਆ ਸਾਨੂੰ ਅਸੀਂ ਇਹਨਾਂ ਨੂੰ ਪੁੱਛਣਾ ਚਾਹਿਆ ਸਵਾਗਤ ਹੈ ਤੁਹਾਡਾ ਅੱਜ ਦੀ ਇੱਕ ਨਵੀਂ ਵੀਡੀਓ ਦੇ ਵਿੱਚ ਵੀਡੀਓ ਸੀ ਬਠਿੰਡਾ ਜੋ ਕਿ ਮੇਲਾ ਤੁਸੀਂ ਦੇਖ ਰਹੇ ਹੋ ਕਿਸਾਨ ਮੇਲਾ ਉਹਦੇ ਵਿੱਚ ਪਰ ਇੱਕ ਬਹੁਤ ਹੀ ਜਦੋਜਦ ਹੈ ਇੱਥੇ ਉਹ ਗੱਲਬਾਤ ਵੀ ਚੱਲ ਰਹੀ ਹੈ ਕਿਸੇ ਸ਼ਹਿਦ ਦੇ ਪ੍ਰਤੀ ਸ਼ਹਿਦ ਕਿਸ ਤਰ੍ਹਾਂ ਦਾ ਉਹਦੀ ਵੀ ਗੱਲਬਾਤ ਕਰਾਂਗੇ ਬਾਈ ਬਿਲਕੁਲ ਜੋ ਬਾਈ ਅੜਾ ਹੋਇਆ ਆਪਦੀ ਗੱਲ ਤੇ ਕਿ ਸ਼ਹਿਦ ਦੇ ਪ੍ਰਤੀ ਹੈ ਜਿਹੜੀ ਉਹ ਗੱਲਬਾਤ ਬਾਈ ਖੜਾ ਰਹੀ ਹੁਣ ਕਰਾ ਇੱਕ ਮਿੰਟ ਕਰਾ ਇੱਕ ਮਿੰਟ ਵੀਰ ਜੀ ਆਪਾਂ ਗੱਲਬਾਤ ਵੀ ਕਰਾਂਗੇ ਬਾਈ ਮੰਨ ਲਓ ਕੀ ਕਹਿੰਦਾ ਇੱਥੇ ਪਰ ਜਿਹੜੇ ਬਾਈ ਮੰਨ ਲਓ ਇੱਥੇ ਇਹਨਾਂ ਨੇ ਸ਼ਹਿਦ ਜਿਹੜੇ ਲੈ ਕੇ ਆਏ ਆ ਵੀਰ ਸਾਡੇ ਆਰਗੈਨਿਕ ਸ਼ਹਿਦ ਹੈ ਉਹਦੇ ਬਾਰੇ ਗੱਲਬਾਤ ਤੁਸੀਂ ਕੀ ਸਾਨੂੰ ਇਹ ਤਾਂ ਡਾਊਟ ਲੱਗਿਆ ਵੀ ਜਿਵੇਂ ਕੋਈ ਮਿਕਸਿੰਗ ਹੁੰਦੀ ਹੈ ਕਿਸੇ ਚੀਜ਼ ਦੀ ਸਾਨੂੰ ਇਹ ਡਾਊਟ ਲੱਗੇ ਚੈੱਕ ਕਰਕੇ ਦੇਖਿਆ ਚੈੱਕ ਕੀਤਾ ਹਾਂ ਚੈੱਕ ਕੀਤਾ ਦੇਖਾ ਕੇ ਫੇਰ ਪਤਾ ਲੱਗਿਆ ਡਾਊਟ ਕੀ ਹੈ ਤੁਹਾਨੂੰ ਡਾਊਟ ਐ ਲੱਗਿਆ ਜਿਵੇਂ ਵਿੱਚ ਕੁਝ ਮਿਕਸਿੰਗ ਹੁੰਦਾ ਇਹਦੇ ਵਿੱਚ ਆ ਡਾਊਟ ਲੱਗਿਆ ਸਾਨੂੰ ਅਸੀਂ ਇਹਨਾਂ ਨੂੰ ਪੁੱਛਣਾ ਚਾਹਿਆ ਅਗਰ ਤੁਹਾਨੂੰ ਡਾਊਟ ਦੀ ਮਿਕਸਿੰਗ ਲੱਗਦੀ ਤਾਂ ਸੈਟੀਸਫਾਈਡ ਕਰਾਉਣਗੇ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਕਹਿ ਰਹੇ ਨੇ ਬਾਈ ਬਾਈ ਦੇ ਮਾਇਰ ਦੇ ਵਿੱਚ ਇਹ ਹੈ ਜਾਨੀ ਕਿ ਸਾਰੇ ਲੋਕਾਂ ਦੀ ਮਾਇਰ ਦੁਨੀਆ 'ਚ ਇਹ ਹੁੰਦਾ ਵੀ ਜਿਹੜਾ ਜੰਮਿਆ ਸ਼ਹਿਦ ਹੁੰਦਾ ਆਹ ਦਿਖਾਓ ਵੀਰ ਜੀ ਜਿਹੜਾ ਇਸ ਤਰ੍ਹਾਂ ਦਾ ਸ਼ਹਿਦ ਹੁੰਦਾ ਜੰਮਿਆ ਵਿਆਹ ਜਾਂ ਸ਼ੀਸ਼ੀ ਤੁਸੀਂ ਦੇਖੋਗੇ ਕਿ ਉਹ ਖੰਡ ਹੁੰਦੀ ਹੈ ਬਾਈ ਦੇ ਮਾਇਰ 'ਚ ਵੀ ਇਹੀ ਸੀਗਾ ਵੀ ਇਹ ਖੰਡ ਸਾਡੀ ਜੀਭ ਤੱਕ ਸਰਕਿਆ ਬਾਈ ਜੀ ਕੀ ਚੀਜ਼ ਹੈ ਸਰਕਦੀ ਕਾ ਤਾਂ ਸਾਨੂੰ ਸਵਾਲ ਪੁੱਛਿਆ ਅਸੀਂ ਆਖਿਆ ਬਾਈ ਸਰਕ ਦਾ ਕਿਸ ਤਰ੍ਹਾਂ ਸਰਕਿਆ ਕਹਿੰਦਾ ਜਿਵੇਂ ਖੰਡ ਹੁੰਦੀ ਹੈ ਮੈਂ ਇਹਦੇ ਪਹਿਲੇ ਕਹਿੰਦਾ ਬਾਈ ਤੇਰੇ ਦਿਮਾਗ 'ਚ ਖੰਡ ਬੜੀ ਹੋਈ ਹੈ ਜਿਵੇਂ ਕਹਿੰਦੇ ਮਾਇਰ ਸੈੱਟ ਹੋਇਆ ਵੀ ਇਹ 'ਚ ਖੰਡ ਹੁੰਦੀ ਹੈ ਪਰ ਅਸੀਂ ਦਿਖਾਉਣ ਦੀ ਖਾਤਰ ਇਹ ਤਾਂ ਲੈ ਕੇ ਆਏ ਹਾਂ ਵੀ ਜਿਹੜਾ ਸ਼ੁੱਧ ਸ਼ਹਿਦ ਆਪਣੇ ਇੰਡੀਆ ਦਾ ਜਿਹੜੀ ਅੰਗਰੇਜ਼ਾਂ ਦੇ ਵਿੱਚ ਬਹੁਤ ਜ਼ਿਆਦਾ ਮਾਰਕੀਟ ਹੈ ਅਮਰੀਕਾ ਦੇ ਕੈਨੇਡਾ ਦੇ ਵਿੱਚ ਉਹ ਇਹ ਸ਼ਹਿਦ ਦੀ ਹੈ ਵੀ ਜੰਮਿਆ ਸ਼ਹਿਦ ਦੀ ਮਾਰਕੀਟ ਆਪਣੇ ਨਾਲ ਦੁੱਗਣੀ ਤਿਗਣੀ ਕੰਜਪਸ਼ਨ ਕਰਦੇ ਆ ਉਹ ਲੋਕ ਕ੍ਰੀਮ ਹਣੀ ਦੇ ਨਾਂ ਤੇ ਹਾਂ ਜਿੰਨੇ ਤਰ੍ਹਾਂ ਦੇ ਫਲਾਵਰਿੰਗ ਆਉਂਦੇ ਆਪਣੇ ਇੰਡੀਆ ਦੇ ਵਿੱਚ ਉਹਨੇ ਤਰ੍ਹਾਂ ਦਾ ਸ਼ਹਿਦ ਹੈ ਇਹ ਆ ਸਾਡੇ ਕੋਲ ਨੋਟ ਕਰੋ 10 ਤਰ੍ਹਾਂ ਦਾ ਸ਼ਹਿਦ ਪਿਆ ਹੋਇਆ ਤੇ ਤੁਹਾਨੂੰ ਜਿਹੜਾ ਕੰਪਨੀ ਬਾਜ਼ਾਰ ਤੋਂ ਖਰੀਦੋਗੇ ਹਮੇਸ਼ਾ ਇੱਕ ਕਲਰ ਦਾ ਸ਼ਹਿਦ ਮਿਲੂਗਾ ਤੁਹਾਨੂੰ ਇੱਕ ਕਲਰ ਦਾ ਹੀ ਮਿਲਣਾ ਜਿਹੜਾ ਅਸੀਂ ਦਿਖਾਉਣ ਦੀ ਖਾਤਰ ਲੋਕਾਂ ਨੂੰ ਲੈ ਕੇ ਆਏ ਆ ਵੀ ਸ਼ਹਿਦ ਇੱਕ ਤਰ੍ਹਾਂ ਦਾ ਨਹੀਂ ਹੁੰਦਾ ਸ਼ਹਿਦ ਜਹਿਜ ਫਲਾਰੇ ਤੋਂ ਮੱਖੀ ਇਕੱਠਾ ਕਰਦੀ ਹੈ ਸ਼ਹਿਦ ਉਸ ਹਰੇਕ ਅਲੱਗ ਅਲੱਗ ਤਰ੍ਹਾਂ ਦਾ ਫਲੇਵਰ ਦਾ ਵੀ ਫਰਕ ਹੈ ਔਰ ਕਲਰ ਦਾ ਵੀ ਫਰਕ ਹੈ ਕਿੱਧਰ ਗਿਆ ਬਾਈ ਫਿਰ ਸੈਟੀਸਫਾਈ ਕਰਾਉਣਾ ਉਹ ਬਾਈ ਜੀ ਉਹ ਸੈਟੀਸਫਾਈ ਵਾਲਾ ਪਤਾ ਨਹੀਂ ਕਿੱਧਰ ਗਿਆ ਬਾਈ ਜੀ ਸੈਟੀਸਫਾਈ ਦੀ ਵਧੀਆ ਗੱਲ ਹੈ ਸਵਾਲ ਪੁੱਛਣ ਵਾਸਤੇ ਹੀ ਲੈ ਕੇ ਆਇਆ ਸੀ ਲੋਕਾਂ ਨੂੰ ਇੱਕ ਮੈਂ ਹੋਰ ਕਹਿਣਾ ਚਾਹੁੰਦਾ ਬਾਈ ਬਿਲਕੁਲ ਬਹੁਤ ਹੀ ਸੰਤੁਸ਼ਟੀ ਹੋਈ ਮੰਨ ਲਓ ਬਾਈ ਕੋਲੇ ਆ ਕੇ ਬਾਈ ਕਹਿੰਦਾ ਵੀ ਅਗਰ ਤੁਹਾਨੂੰ ਕੋਈ ਡਾਊਟ ਹੈ ਤਾਂ ਸਾਡੇ ਤੋਂ ਪੁੱਛੋ ਅਸੀਂ ਤੁਹਾਨੂੰ ਡਾਊਟ ਦੂਰ ਕਰਵਾਵਾਂਗੇ ਕਿ ਓਰੀਜਨਲ ਹੈ ਜਾਂ ਨਹੀਂ ਹੈ ਉਹ ਪੂਰੀ ਕੁਆਲਿਟੀ ਹੈ ਉਹਦੀ ਜ਼ਿੰਮੇਵਾਰੀ ਹੈ ਇਹ ਗੱਲ ਹੈ ਨਾ ਜੀ ਪਰ ਉਹ ਵੀਰ ਕਿਤੇ ਨਾ ਕਿਤੇ ਮੈਨੂੰ ਲੱਗਦਾ ਸ਼ਾਇਦ ਉਹ ਮੈਦਾਨ ਛੱਡ ਗਿਆ ਨਹੀਂ ਤਾਂ ਅੱਜ ਉਹਨੂੰ ਮਾਲਾ ਆਪਾਂ ਪੱਕਾ ਹੀ ਕਰਾ ਹੀ ਦੇਣਾ ਸੀ ਹੈਨਾ ਕਿਉਂਕਿ ਦੇਖੋ ਕਿਸਾਨੀ ਤੋਂ ਰਿਲੇਟਡ ਜੁੜੇ ਹੋਏ ਆ ਬਾਈ ਵੀ ਸ਼ਾਇਦ ਮੈਨੂੰ ਲੱਗਦਾ ਕਿਸਾਨ ਹੀ ਹੈ ਇੱਕ ਤਰ੍ਹਾਂ ਦਾ ਪਰ ਅੱਜ ਅਸੀਂ ਗੱਲ ਕਰੀਏ ਮੇਲੇ ਦੇ ਵਿੱਚ ਤਮਾਮ ਸਟਾਲ ਦੀ ਗੱਲ ਕਰੀਏ ਤਮਾਮ ਚਾਹੇ ਮੇਲੇ ਦੇ ਵਿੱਚ ਜਿੰਨੀਆਂ ਵੀ ਸ਼ਾਪਸ ਲੱਗੀ ਹੋਈ ਆ ਜਾਂ ਜੋ ਵੀ ਲੈ ਕੇ ਆਏ ਨੇ ਸਾਡੇ ਤਮਾਮ ਕਿਸਾਨ ਸਾਥੀ ਬੈਠੇ ਨੇ ਦੇਖੋ ਤੁਸੀਂ ਦੂਰ ਤੱਕ ਨਿਗਾਹ ਮਾਰ ਲਓ ਕੋਈ ਵੀ ਤੁਹਾਨੂੰ ਯਾਨੀ ਕਿ ਵਪਾਰੀ ਵਰਗ ਨਹੀਂ ਮਿਲੂਗਾ ਇੱਥੇ ਜਿੰਨੇ ਵੀ ਆ ਸਾਰੇ ਜੱਟ ਜ਼ਿਮੀਦਾਰਾਂ ਦੇ ਮੁੰਡੇ ਆ ਅੱਜ ਯਾਨੀ ਕਿ ਕਿਸਾਨੀ ਹੈ ਜਿਹੜੀ ਉਹ ਬਦਲਦੀ ਕਿਤੇ ਨਾ ਕਿਤੇ ਨਜ਼ਰ ਆ ਰਹੀ ਹੈ ਔਰ ਤੁਹਾਨੂੰ ਅਗਰ 100% ਅਗਰ ਤੁਸੀਂ ਸਹੀ ਤੇ ਸ਼ੁੱਧ ਖਾਣਾ ਚਾਹੁੰਦੇ ਹੋ ਤਾਂ ਸਾਡੇ ਕਿਸਾਨ ਹੈ ਜਿਹੜੇ ਉਹਨਾਂ ਦੇ ਪ੍ਰੋਡਕਟ ਨੂੰ ਯੂਜ਼ ਵੀ ਕਰਨਾ ਪਏਗਾ ਕਿਤੇ ਨਾ ਕਿਤੇ ਕਿਉਂ ਨਹੀਂ ਕਰਨਾ ਪਊਗਾ ਬਿਲਕੁਲ ਜੀ ਬਿਲਕੁਲ ਜੀ ਹਾਂ ਬਾਈ ਜੀ ਜੇ ਤੁਸੀਂ ਕੋਈ ਵੀ ਪ੍ਰੋਡਕਟ ਖਰੀਦਣਾ ਚਾਹੁੰਦੇ ਆ ਪਹਿਲੀ ਗੱਲ ਤਾਂ ਕਿਸਾਨ ਤੋਂ ਖਰੀਦੋ ਅੱਜ ਕੱਲ ਉਹ ਟਾਈਮ ਨਹੀਂ ਰਹਿ ਗਿਆ ਕਿ ਦੁਕਾਨਾਂ ਤੱਕ ਹੀ ਸੀਮਤ ਰਹਿ ਗਿਆ ਕੰਮ ਪਰ ਜੇ ਤੁਸੀਂ ਥੋੜੀ ਬਹੁਤਾ ਉਪਰਾਲਾ ਕਰਕੇ ਪਹੁੰਚ ਕਰੋਗੇ ਤਾਂ ਕਿਸਾਨਾਂ ਤੋਂ ਵੀ ਤੁਹਾਨੂੰ ਹਰ ਚੀਜ਼ ਮਿਲ ਜਾਣੀ ਹੈ ਕਿਉਂਕਿ ਬਹੁਤ ਕਿਸਾਨ ਇਹ ਜਿਹੜੇ ਆਪਦਾ ਪ੍ਰੋਸੈਸਿੰਗ ਕਰਕੇ ਜਿਵੇਂ ਦਾਲਾਂ ਦਾ ਕੰਮ ਹੋ ਗਿਆ ਸ਼ਹਿਦ ਦਾ ਕੰਮ ਹੋ ਗਿਆ ਹੋਰ ਤਰ੍ਹਾਂ ਦੇ ਬਹੁਤ ਤਰ੍ਹਾਂ ਦੇ ਧੰਦੇ ਕਰ ਰਹੇ ਹੈ ਜੇ ਅੱਜ ਪੰਜਾਬ ਨੂੰ ਲੋੜ ਹੈ ਤਾਂ ਇੱਕ ਸ਼ੁੱਧਤਾ ਦੀ ਲੋੜ ਹੈ ਜੋ ਕਿ ਸਾਨੂੰ ਬਹੁਤ ਜ਼ਿਆਦਾ ਅਲਟਰੇਸ਼ਨ ਹੋ ਚੁੱਕੀ ਹੈ ਉਹ ਤੋਂ ਬਚਣ ਦੀ ਖਾਤਰ ਆਪਾਂ ਨੂੰ ਹਰੇਕ ਕਿਸਾਨ ਦੀ ਪਹੁੰਚ ਕਰਨੀ ਚਾਹੀਦੀ ਹੈ ਜੋ ਵੀ ਆਪਣੇ ਨੇੜੇ ਦਾ ਕਿਸਾਨ ਬੈਠਾ ਹੈ ਤੇ ਇਸ ਨਾਲੇ ਤਾਂ ਆਪਣੀ ਸਿਹਤ ਦਾ ਫਾਇਦਾ ਹੋਊਗਾ ਦੂਜਾ ਫਾਇਦਾ ਇਹ ਆਊਗਾ ਆਪਣੀ ਮਣੀ ਦਾ ਫਾਇਦਾ ਹੋਊ ਮਣੀ ਦਾ ਫਾਇਦਾ ਕਿਸ ਤਰ੍ਹਾਂ ਹੋਊਗਾ ਬਾਈ ਜੀ ਜੇ ਤੁਸੀਂ ਸਿਹਤ ਪਹਿਲਾਂ ਤਾਂ ਮਾੜਾ ਖਾਓਗੇ ਮਾੜਾ ਖਾ ਕੇ ਉਦੋਂ ਮੋਰੋ ਡਾਕਟਰਾਂ ਨੂੰ ਪੈਸੇ ਦਿਓਗੇ ਇਸ ਤੋਂ ਬਿਹਤਰ ਇਹੀ ਹੈ ਕਿ ਤੁਸੀਂ ਸ਼ੁੱਧ ਖਾਣਾ ਸਟਾਰਟ ਕਰ ਦਿਓ ਨਾ ਤਾਂ ਤੁਹਾਡੀ ਉਮਰ ਦੇ ਵਿੱਚ ਵਾਧਾ ਹੋਣਾ ਨਾ ਤੁਹਾਡੀ ਸਿਹਤ ਵਧੀਆ ਬੈਨੀਫਿਟ ਫਿਟ ਰਹਿਣੀ ਹੈ ਤੁਹਾਡੀ ਇੱਕ ਵੀਰ ਜੀ ਪਿੱਛੇ ਜੇ ਲੁਧਿਆਣਾ ਯੂਨੀਵਰਸਿਟੀ ਦੇ ਵਿੱਚ ਇੱਕ ਤੁਹਾਡਾ ਇੱਕ ਪ੍ਰੋਡਕਟ ਲਾਂਚ ਕੀਤਾ ਹੈ ਖੇਤੀਬਾੜੀ ਮੰਤਰੀ ਨੇ ਉਹ ਬਕਾਇਦਾ ਕੀ ਸੀ ਮਤਲਬ ਵੀਰ ਜੀ ਦੱਸ ਰਹੇ ਸੀਗੇ ਜੀ ਹਾਂ ਅੱਛਾ ਇਹ ਯਾਨੀ ਕਿ ਵੈਬਸਾਈਟ ਹੈ ਇਹਨਾਂ ਦੀ ਇਹਦੇ ਉੱਤੇ ਜਾ ਕੇ ਤੁਸੀਂ ਮਤਲਬ ਕੋਈ ਵੀ ਚੀਜ਼ ਆ ਉਹ ਸਰਚ ਕਰ ਸਕਦੇ ਹੋ ਇੱਧਰ ਦਿਖਾ ਦਿਓ ਜੋ ਵੀ ਸਾਡੇ ਕਿਸਾਨ ਹੈ ਮੱਕੀ ਪਾਲ ਕੇ ਸਾਰੇ ਦੀ ਵੈਬਸਾਈਟ ਇਹ ਹੈ ਜੋ ਵੀ ਤਰ੍ਹਾਂ ਦਾ ਸ਼ਹਿਦ ਜਿਹੜੇ ਤਰ੍ਹਾਂ ਦਾ ਤੁਸੀਂ ਲੈਣਾ ਚਾਹੁੰਦੇ ਹੋ ਨੇੜੇ ਦਾ ਤੁਹਾਨੂੰ ਮੱਕੀ ਪਾਲ ਜਿੱਥੇ ਵੀ ਤੁਸੀਂ ਆਲ ਪੰਜਾਬ ਦੇ ਵਿੱਚ ਤੁਸੀਂ ਜਾਂ ਆਲ ਇੰਡੀਆ ਦੇ ਵਿੱਚ ਤੁਸੀਂ ਕੀ ਪਰ ਨੇੜੇ ਦਾ ਸ਼ਹਿਦ ਖਰੀਦਣਾ ਚਾਹੁੰਦੇ ਹੋ ਉਹ ਇਸ ਤੇ ਤੁਹਾਨੂੰ ਮੈਂ ਸਰਚ ਕਰੂੰਗਾ ਤਾਂ ਤੁਹਾਨੂੰ ਥੋੜੇ ਨੇੜੇ ਦਾ
क्योंकि अज जान है कि ना कि मेलिया देख रहे तादाद बहुत वड्डी है कि जागरूक हो रहा है या फिर किसानी कि ना कि भी अगर कहिए जी सरकार ने भी प्रफुल्लित करने तैयार है। बिल्कुल जी, पंजाब का किसान दिन प्रतिदिन जागृत हो रहा, एक वैज्ञानिक लीहां ते चल रहा। अज तक की सी साडा किसान सिर्फ एक उत्पादक सी, चीज़ नू पैदा करता सी, बिचाले मिडलमैन आकर मार्केटिंग करता सी, कंज्यूमर तक सही चीज़ नहीं थी मिलती, उन्हें महंगा भा मिलता सी, जिहड़ा पैदावारी किसान सी उन्हें आपकी उपज का सही मुल नहीं सी मिल रहा। अज PAU की बदौलत उत्थे डिपार्टमेंट हैगा किसान व्यापार प्रबंध विभाग, जिदे प्रोफेसर डायरेक्टर हैड है डॉक्टर रमनदीप जी जसड़, वो इस गलते साडे किसानों नूं बहुत अवेयर कर रहे हैं कि अपने प्रोडक्ट की तुसी आप खुद मार्केटिंग करो ताकि कस्टमर नूं वधिया चीज़ मिल सके, उहदे दित्ती कीमत दा उहनूं बाजब सही मुल मिल सके ते पैदा करने वाले नूं उहदी मेहनत दा सही भा मिल सके। बहुत ही मतलब खुशी की गल है क्योंकि किसान कितने ना कितने आप खुद पैदा करके और खुद उहदा उत्पादन करके यानी कि बेचदा नजर आ रहा है और लोगों नूं कितने ना कितने संतुष्टि मिलती है कि सानूं जो ओरिजिनल चीज़ है वो सिर्फ तो सिर्फ किसान तो मिल सकती है। इसी जी अज साडी इक नवीं अपडेट जो कि एक शायद बिल्कुल लेटैसट क्योंकि शुद्ध ते अशुद्ध दा जो अज पूरा निरीक्षण पूरी जो गलबात है भाई ने दसी भाई का बहुत बहुत क्योंकि समा दिता तुसी भाई साहब बहुत बहुत धन्यवाद भीर जी तुहाडा ते गल्लां बचा सकदे आ जोर वाली बोल विच इत्थे आउण ते ते होर वी असीं कहिंदे आ कि जो लोकां दी सेहत वास्ते 300 रुपए किलो जी लोकां दी खबरां देण दी खातिर साडी वी अकैड बना के जरूर चलाओ जी लोकां दी ना लोकां दा फायदा होवे ना साडी 300 जी लोकां तक पहुंचाए। बहुत बहुत जी धन्यवाद। थैंक यू भीर जी, बहुत बहुत धन्यवाद जी भाई ने मालो समा दिता और ए सी जी अज दी इक लेटेस्ट जो मेले अपडेट है उसके विचों कढ़ी हुई एक वीडियो से अशुद्ध ते शुद्ध नूं लैके मिलदा जी नैक्सट वीडियो नैक्सट अपडेट। धन्यवाद, सत श्री अकाल, रब राखा।